ਹੋਰ ਕਿਸੇ ਦਾ ਤਾਂ ਪਤਾ ਨਹੀਂ, ਮਗਰ ਭਗਵੰਤ ਮਾਨ ਨੇ ਅੱਜ ਬੋਤਲ ਪੀ ਜਾਣੀ ਹੈ। ਹੁਣ ਗਮ 'ਚ ਕਿ ਖੁਸ਼ੀ 'ਚ, ਇਹ ਤਾਂ ਸ਼ਾਮ ਕੱਲ੍ਹ ਪਤਾ ਲੱਗੂਗਾ। ਕਿਉਂਕਿ ਜਿਹੜੀ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਦੀ ਜਿਹੜੀ ਇੰਡੀਪੈਂਡੈਂਸ ਸੀ ਭਾਜਪਾ ਦੇ ਇਸ਼ਾਰੇ 'ਤੇ ਉਹ ਨੱਚ ਰਹੇ ਸੀ, ਹੁਣ ਕੇਜਰੀਵਾਲ ਸਾਹਿਬ ਦੇ ਬਾਹਰ ਆਏ ਨਾਲ ਕਿੱਥੇ ਉਹਨਾਂ ਨੂੰ ਬ੍ਰੇਕਾਂ ਲੱਗਣਗੀਆਂ, ਪਾਬੰਦੀ ਲੱਗੂਗੀ। ਬਾਕੀ ਵੇਖੋ, 450 ਕਰੋੜ ਦੇ ਸ਼ਰਾਬ ਘੁਟਾਲੇ 'ਚ ਮੈਨੂੰ ਲੱਗਦਾ 1 ਜੂਨ ਤੱਕ ਜ਼ਮਾਨਤ ਮਿਲੀ ਹੈ ਕਿ ਉਹ ਚੋਣ ਪ੍ਰਕਿਰਿਆ 'ਚ ਪ੍ਰਚਾਰ ਕੀਤ ਸਕਣ। ਅਧਿਕਾਰ ਹੈ ਜੀ ਸਭ ਦਾ, ਕੋਰਟ ਦਾ ਓਨਰੇਬਲ ਕੋਰਟਸ ਦਾ ਫੈਸਲਾ ਹੈ, ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਮਗਰ ਉਹ ਸ਼ਰਾਬ ਦੇ ਪੈਸੇ ਕਿਹਨੇ ਕਿਹਨੇ ਖਾਧੇ, ਕਿਵੇਂ ਕਿਵੇਂ ਖਾਧੇ, ਇਹਨਾਂ ਦੇ ਮੈਂਬਰ ਪਾਰਲੀਮੈਂਟ ਚੱਡਾ ਸਾਹਿਬ ਕਿਉਂ ਨਹੀਂ ਮੁੜਦੇ, ਅੱਖਾਂ 'ਚ ਕੀ ਸਾਹਮਣੇ ਦਿਸਦਾ ਕੀ ਨਹੀਂ ਦਿਸਦਾ, ਇਹ ਉਹ ਦੱਸਣਗੇ। ਔਰ ਲੋਕ ਸਵਾਲ ਜ਼ਰੂਰ ਕਰਨਗੇ ਕਿ ਹੁਣ ਸਟਾਰ ਪ੍ਰਚਾਰਕ ਇਹਨਾਂ ਨੇ ਪਹਿਲਾਂ ਵਿਜੇ ਸਿੰਗਲੇ ਨੂੰ ਬਣਾਇਆ, ਜਿਹਦਾ ਮੁੱਖ ਗਵਾਹ ਭਗਵੰਤ ਮਾਨ ਆਪ, ਦੂਜਾ ਸਟਾਰ ਪ੍ਰਚਾਰਕ ਅਮਿਤ ਰਤਨ ਨੂੰ ਬਣਾਇਆ, ਹੁਣ ਕੱਟਰ ਇਮਾਨਦਾਰ ਲੋਕ ਤੀਜਾ ਸਟਾਰ ਪ੍ਰਚਾਰਕ, 450 ਕਰੋੜ ਦਾ ਸ਼ਰਾਬ ਘੁਟਾਲੇ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੂੰ ਬਣਾਉਣਗੇ, ਇਹਦੇ ਨਾਲ ਹੀ ਕਾਫੀ ਪਿਕਚਰ ਸਾਫ਼ ਹੋ ਜੂ। ਦੇਖੋ, ਮੈਂ ਪਹਿਲਾਂ ਵੀ ਕਿਹਾ ਹੈ, 400 ਪਾਰ ਜਾਂ 13 ਪਾਰ ਲੋਕਾਂ ਨੇ ਕਰਾਉਣਾ, ਇਹਨਾਂ ਨੂੰ ਬਾਰਡਰ ਪਾਰ ਕੰਮ ਕੋਈ ਨਹੀਂ, ਜੋ ਵਾਅਦੇ ਕੀਤੇ ਉਹਨਾਂ ਤੋਂ ਭੱਜੇ ਆ। ਔਰ ਵਿਦੇਸ਼ ਮੰਤਰੀ ਸਾਹਿਬ ਤਾਂ ਸਿਰਫ ਇਸ ਲਈ ਨਾਲ ਆਏ ਸੀ ਸੰਧੂ ਸਾਹਿਬ ਨੂੰ ਇਹ ਕਹਿਣ ਵਾਸਤੇ ਕਿ ਘਬਰਾਇਓ ਨਾ, ਤੁਸੀਂ ਪਹਿਲਾਂ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਨਹੀਂ ਆਏ, ਵੋਟਾਂ ਪੈ ਲੈਣ ਦਿਓ, ਉੱਦਣ ਹੀ ਆਪਦੇ ਜਹਾਜ਼ 'ਚ ਬਿਠਾ ਕੇ ਤੁਹਾਨੂੰ ਨਾਲ ਲੈ। ਸੋ ਜਿਹੜੇ ਟੂਰਿਸਟ ਵੀਜ਼ਾ 'ਤੇ ਆਏ ਆ ਨਾ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ, ਜਿਨ੍ਹਾਂ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਦਾ ਏਰੀਏ ਦਾ ਨਹੀਂ ਪਤਾ, ਕਦੇ 38 ਸਾਲ ਦੀ ਸੇਵਾ 'ਚ ਕਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਇੱਕ ਦੀਵਾਨੀ ਨਹੀਂ ਲਵਾਈ, ਅੱਜ ਸਿਰਫ ਭਾਜਪਾ ਦੇ ਆਕੇ ਇੱਥੇ ਆਏ ਆ ਔਰ ਉਹਨਾਂ ਨੇ 1 ਤਰੀਕ ਨੂੰ ਚਲੇ ਜਾਣਾ। ਜੋਸ਼ੀ ਸਾਹਿਬ ਦਾ ਗੁਰੂ ਦੀ ਕਿਰਪਾ ਨਾਲ ਅੱਜ ਉਹਨਾਂ ਨੇ ਕਾਗਜ਼ ਭਰੇ ਆ, ਗੁਰੂ ਰਾਮਦਾਸ ਮਹਾਰਾਜ ਦੀ ਸੱਚੀ ਅਤੇ ਸੁੱਚੀ ਸੇਵਾ ਕੀਤੀ ਆ, ਭਾਈਚਾਰਕ ਸਾਂਝ, ਬਾਰਡਰ 'ਤੇ ਬੈਠੇ ਕਿਸਾਨਾਂ ਖੇਤ ਮਜ਼ਦੂਰਾਂ ਜਿਨ੍ਹਾਂ ਦੇ ਨਾਲ ਇਹ ਸਰਕਾਰ ਨੇ ਬੜਾ ਵੱਡਾ ਧਰੋਹ ਘੁਮਾਇਆ, ਉਹਨਾਂ ਦੀ ਆਵਾਜ਼, ਵਪਾਰੀ ਇੰਡਸਟਰੀ ਦੀ ਆਵਾਜ਼ ਔਰ ਭਾਈਚਾਰਕ ਸਾਂਝ ਦੀ ਆਵਾਜ਼ ਨੂੰ ਵਿਕਾਸ ਪੁਰਸ਼ ਅਨਿਲ ਜੋਸ਼ੀ, ਮੇਰਾ ਇਹ ਮੰਨਣਾ ਹੈ ਕਿ ਹੀ ਵਿਲ ਬੀ ਦਾ ਬੈਸਟ ਲੋਇਰ, ਦਾ ਬੈਸਟ ਵਕੀਲ, ਦਾ ਬੈਸਟ ਮੈਂਬਰ ਪਾਰਲੀਮੈਂਟ, ਜਿਹਦਾ ਟਰੈਕ ਰਿਕਾਰਡ ਹੈ ਜਿਹੜਾ ਜਾ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਡਿਵੈਲਪਮੈਂਟ ਪੁੱਛੇ, ਇੱਥੋਂ ਦੀ ਇੰਡਸਟਰੀ ਦੀ, ਵਪਾਰੀ ਦੀ ਆਵਾਜ਼ ਬੁਲੰਦ ਕਰਨ 'ਚ ਕਾਮਯਾਬ ਰਹੇ। ਬਹੁਤ ਬਹੁਤ ਧੰਨਵਾਦ।